ਹਾਂਜੀ ਮਿੱਤਰੋ, ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ। ਮੈਂ ਹਰਤਪ ਅਤੇ ਤੁਸੀਂ ਦੇਖ ਰਹੇ ਹੋ ਡੈਵਲ ਟਵਾਣਾ ਯੂਟਿਊਬ ਚੈਨਲ। ਅਤੇ ਮਿੱਤਰੋ, ਕਾਲੀ ਜੱਟ ਆ ਗਿਆ। ਅਤੇ ਮਿੱਤਰੋ, ਤੁਹਾਨੂੰ ਪਤਾ ਹੀ ਹੈ ਪਿਛਲੀ ਵੀਡੀਓ 'ਚ ਬਾਈ ਆਪਾਂ ਚਾਰ ਪਾਇਆ ਸੀਗਾ। ਅਤੇ ਮਿੱਤਰੋ, ਅੱਜ ਦੇਖੋ ਇੱਧਰ, ਇੱਕ ਤਾਂ ਬਾਈ ਰੋਟਾਵੀਟਰ 12 ਫੁੱਟਾਂ, ਇੱਧਰ ਬਾਈ ਬਾਹਲੀਆਂ ਵੱਡੀਆਂ ਹਲਾਂ। ਇਹ ਪਤਾ ਨਹੀਂ ਬਾਈ ਕਿੰਨੀ ਹਲਾਂ ਨੇ, ਯਾਨੀ ਕਿ ਖੁੱਲ੍ਹ ਕੇ 10 ਮੀਟਰ ਚੌੜੀਆਂ ਹੋ ਜਾਂਦੀਆਂ ਨੇ। ਅਤੇ ਮਿੱਤਰੋ, ਛੋਟਾ ਰੋਟਾਵੀਟਰ ਵੀ ਆਪਣੇ ਲਵੇ ਖੜ੍ਹਾ। ਜੇ ਬਾਈ ਟਰੈਕਟਰ ਨੇ ਵੱਡਾ ਨਾ ਖਿੱਚਿਆ ਫਿਰ ਪਾ ਲਾਂਗੇ ਬਾਈ ਛੋਟਾ। ਅਤੇ ਆ ਬਾਈ, ਤੁਹਾਨੂੰ ਪਤਾ ਡੰਡੇ ਜੇ ਬਣ ਜਾਂਦੇ ਨੇ, ਇਹ ਬਾਈ ਆਪਾਂ ਵਾਹੁਣੇ ਨੇ। ਫਿਰ ਬਾਈ ਇਹ ਕੱਦੂ ਕੁੱਦੂ ਵੀ ਕਰਨਾ ਆਪਾਂ। ਅਤੇ ਮਿੱਤਰੋ, ਕੱਦੂ ਵੇਲੇ ਨਹੀਂ ਬਾਈ, ਇਹ ਬਹੁਤ ਤੰਗ ਕਰਦੇ ਨੇ, ਤਾਂ ਕਰਕੇ ਪਹਿਲਾਂ ਹੀ ਆਪਾਂ ਕੇਰਾਂ ਬਾਈ ਵਾਹ ਦਈਏ ਇਹਨਾਂ ਨੂੰ। ਅਤੇ ਲਓ ਮਿੱਤਰੋ, ਕੇਰਾਂ ਅਟੈਚ ਤਾਂ ਕਰ ਲਿਆ ਟਰੈਕਟਰ ਬਾਈ, ਉੱਠਦਾ ਮਾੜੇ ਜਿਹੇ ਟਾਇਰ ਲੱਗੇ ਹੋਏ ਨੇ ਮਾੜੇ ਜਿਹੇ। ਲੋ ਬਾਈ, ਲੋ ਗੇਅਰ ਪਾਉਂਦੇ ਹਾਂ, ਦੇਖਿਓ ਬਾਈ ਉੱਠੂਗਾ, ਕਿਉਂਕਿ ਬਾਈ ਲੋ ਗੇਅਰ 'ਚ ਝਟਕਾ ਮਾਰ ਕੇ ਟਰੈਕਟਰ ਤੁਰਦਾ ਹੁੰਦਾ। ਉੱਠਦਾ ਬਾਈ, ਉੱਠਦਾ। ਟਾਇਰ ਦੇਖੋ ਬਾਈ, ਬਹਿ ਰਹੇ ਨੇ, ਦੇਖੋ ਟਾਇਰ ਯਾਰ, ਦੇਖੋ ਬਾਈ ਟਾਇਰ ਬੈਠੇ ਹੋਏ ਨੇ। ਅਤੇ ਮਿੱਤਰੋ, ਕਿਹੜਾ ਹਾਈ ਗੇਅਰ 'ਚ ਚੱਲੀਏ ਯਾਰ, ਬਾਹੀਏ ਚੱਲ ਕੇ। ਅਤੇ ਮਿੱਤਰੋ, ਇੱਧਰ ਅੱਜ ਆਪਣਾ ਨਿਊ ਹੋਲੈਂਡ ਖੜ੍ਹਾ ਹੀ ਆ ਬਾਈ, ਇਹਨੂੰ ਅੱਜ ਕੋਈ ਕੰਮ ਨੀਗਾ। ਅਤੇ ਕਿਹੜਾ ਬਾਈ ਮੀਡੀਅਮ 'ਚ ਕਰਕੇ ਛੱਡ ਕੇ ਦੇਖੀਏ ਬਾਈ। ਚਲੋ ਬਾਈ, ਪਰਲੇ ਸਿਰੇ ਵਾਲੇ ਕਿਆਰਿਆਂ ਤੋਂ ਲੱਗਦੇ ਹਾਂ ਬਾਈ। ਉੱਠ ਖੜ੍ਹਾ ਜੀ ਟਰੈਕਟਰ ਆਪਣਾ ਬਾਈ, ਉੱਠਦਾ ਤਾਂ ਹੈਗਾ ਥੋੜ੍ਹਾ ਥੋੜ੍ਹਾ। ਆਹ ਦੇਖੋ ਬਾਈ, ਉੱਠ ਖੜ੍ਹਦਾ ਟਰੈਕਟਰ ਬਾਈ। ਅਤੇ ਮਿੱਤਰੋ, ਇੱਥੇ ਆਹ ਕਿਆਰੇ ਚਲਾਈਏ, ਚਲੋ ਅਗਲੇ ਚਲਾ ਲੈਂਦੇ ਹਾਂ ਬਾਈ, ਸਭ ਨਾਲੋਂ ਲੰਬਾ ਜਿਹੜਾ ਕਿਆਰਾ। ਆਹ ਵੀ 42 ਨੰਬਰ ਕਿਆਰਾ, ਸਭ ਨਾਲੋਂ ਲੰਬਾ ਆਪਣਾ ਇਹ। ਦੇਖੋ ਬਾਈ ਟਰੈਕਟਰ ਉੱਠਦਾ, ਰੋਟਾਵੀਟਰ ਹੈ ਭਾਰੀ ਆ ਬਾਈ ਤਾਂ ਕਰਕੇ ਉੱਠਦਾ। ਅਤੇ ਮਿੱਤਰੋ, ਬੈਕ ਕਰਕੇ ਕਿਹਾ ਲੋ ਟੈਨ, ਓਕੇ ਰਿਪੋਰਟ ਕਰਕੇ ਲਾਵਾਂਗੇ, ਇੱਕੋ ਯਾਰ ਕੋਈ ਖੁੰਝਾ ਰਹੇ ਨਾ। ਅਤੇ ਕਿਹਾ ਬਾਈ ਮੀਡੀਅਮ ਦੂਆ ਲਾਤਾ, ਅਤੇ ਪੀ ਟੀ ਓ ਚਲਾ ਦਈਏ ਬਾਈ ਕਿਹਾ। ਲਓ ਮਿੱਤਰੋ, ਪੀ ਟੀ ਓ ਨੂੰ ਗੇੜਾ ਦੇ ਤਾ, ਹੁਣ ਪਤਾ ਲੱਗੂ ਬਾਈ ਕੀ ਬਣਦਾ। ਬਾਈ ਝੋਟਾ ਟਰੈਕਟਰ ਆ, ਝੋਟਾ ਕਿੱਥੇ ਦੱਬਦਾ ਇਹ। ਮਿੱਤਰੋ, ਧੀਏ ਮੀਡੀਅਮ 'ਚ ਦੱਬ ਗਿਆ, ਧੀਏ ਮੀਡੀਅਮ 'ਚ ਤਾਂ ਬਾਈ ਦੱਬ ਗਿਆ। ਆ ਗਿਆ। ਬਾਈ ਉੱਠ ਖੜੇ, ਇੰਜਣ ਵਾਲਾ ਘੈਂਟ ਆ ਬਾਈ, 855 ਦਾ ਬਾਜ ਵਾਲੀ ਘੈਂਟ ਆ ਬਾਈ ਇੱਕ ਤਾਂ। ਮਿੱਤਰੋ, ਧੀਏ ਗੇਅਰ 'ਚ ਮਰ ਜਾਂਦਾ ਜਮਾਂ ਹੀ, ਪਰ ਫਿਰ ਵੀ ਵਾਪਸੀ ਕਰਦਾ ਇੰਜਣ ਬਾਈ ਦੂਆ ਗੇਅਰ। ਅਤੇ ਮਿੱਤਰੋ, ਆਹ ਲਾਤਾ ਤੀਆ, ਉੱਠੂ ਬਾਈ। ਮਿੱਤਰੋ, ਕਿਹੜਾ ਇੱਥੇ ਵਰਕਰ ਲਾ ਦਿੰਦੇ ਹਾਂ, ਆਹ ਵਰਕਰ ਬਿਠਾਤਾ। ਅਤੇ ਆਪਾਂ ਬਾਈ ਦੂਆ ਟਰੈਕਟਰ ਵੀ ਲਾ ਦਈਏ, ਕਿਉਂਕਿ ਬਾਈ ਕਿਆਰੇ ਹੈਗੇ ਨੇ ਬਾਹਲੇ, ਟਾਈਮ ਲੱਗਣਾ ਆਪਾਂ ਨੂੰ ਬਾਹਲਾ। ਆਹ ਦੇਖੋ ਬਾਈ, 61 ਬਾਈ, 61 ਇਹਦੇ ਪਿੱਛੇ ਪਾਉਣੇ ਨੇ ਬਾਈ ਹਲ, ਉਹਦੇ ਪਿੱਛੇ ਪਾਇਆ ਬਾਈ ਰੂਟਾਵੀਟਰ, ਇਹਦੇ ਪਿੱਛੇ ਪਾਉਣੇ ਨੇ ਹਲ। ਇਹ ਟਰੈਕਟਰ ਤਾਂ ਨਹੀਂ ਬਾਈ ਦੱਬਦਾ ਕਿਸੇ ਪਾਸਿਓ, ਇੰਜਣ 'ਚ ਬਾਹਲੀ ਜਾਨ ਆ ਬਾਈ, ਬਾਹਲੀ ਜ਼ਿਆਦੇ। ਚਲੋ, ਦੂਏ ਹਾਈ 'ਚ ਤੁਰ ਰਿਹਾ, ਚੌਥਾ ਹਾਈ ਲਾਤਾ ਅਤੇ ਟਰੈਕਟਰ ਦੱਬ ਗਿਆ। ਚੌਥਾ ਤਾਂ ਹਾਈ ਬਾਈ ਬਾਹਲਾ ਧੱਕਾ, ਤੀਆ ਹਾਈ ਠੀਕ ਆ, ਤੀਏ ਹਾਈ ਤਾਂ ਬਾਈ ਕਰ ਤੁਰੂ 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 ਤੁਰੂ। ਬਾਈ ਟਰੈਕਟਰ ਇਹ ਜਾਨ ਤਾਂ ਬਹੁਤ ਆ, ਪਰ ਇਹ
ਬਾਹਲੀਆਂ ਚੌੜੀਆਂ ਤਵੀਆਂ ਨੇ ਯਾਰ, ਇੰਨੀਆਂ ਚੌੜੀਆਂ ਤਵੀਆਂ ਤਾਂ 4x4 ਨੇ ਨਹੀਂ ਖਿੱਚਣੀਆਂ, ਸੌਰੀ ਹਾਲ ਇੰਨੇ ਚੌੜੇ ਤਾਂ 4x4 ਨਹੀਂ ਖਿੱਚਦਾ ਬਾਈ, ਇਹੀ ਵੱਡੀ ਗੱਲ ਆ। ਜਿਹੜੇ ਇੰਨੇ ਚੌੜੇ ਹਾਲ ਇਹ ਦੂਜੇ ਹਾਈ 'ਚ ਖਿੱਚੀ ਜਾਂਦਾ। ਆਹ ਮਿੱਤਰੋ ਉੱਠਗੜਿਆ ਉੱਠਗੜਿਆ ਟਰੈਕਟਰ ਉੱਠਗੜਿਆ ਮਿੱਤਰੋ, ਹੁਣ ਭੱਜ ਦੇਖੋ ਕਿੰਨਾ ਰਿਹਾ, ਕਿਉਂਕਿ ਪਿਛਲੇ ਟਾਇਰਾਂ 'ਤੇ ਸਾਰਾ ਭਾਰ ਆ ਗਿਆ। ਆਹ ਕਿੱਧਰ ਨੂੰ ਚੱਲਿਆ ਤੂੰ ਮਿੱਤਰੋ? ਇਹ 'ਤੇ ਵਰਕਰ ਲਾ ਤਾ, ਆਪਾਂ ਬਹਿੰਦੇ ਹਾਂ ਬਈ ਦੂਏ ਟਰੈਕਟਰ 'ਤੇ, ਕਿਉਂਕਿ ਬਈ ਯਾਰ ਉਹ ਇਹਦਾ ਪਤਾ ਹੀ ਆ ਬਈ ਇਹਨੇ ਖਿੱਚੇ ਲੈਣੇ ਨੇ, ਹਲ ਤਾਂ ਖਿੱਚ ਲੂਗਾ। ਇਸ ਬਾਤ ਤਾਂ ਬਈ ਇਹ ਦੱਸ ਦੇਖੋ ਕਿਵੇਂ ਮਰ ਕੇ ਚੱਲਦਾ ਯਾਰ। ਲੋਅ ਲੋਅ ਗੇਅਰ ਨਹੀਂ ਲਾਉਣਾ ਬਾਈ, ਇਹ ਤਾਂ ਲੋਅ ਗੇਅਰ ਲਾ ਰਿਹਾ, ਗੇਅਰ ਸੈੱਟ ਬਈ ਹਾਈ, ਪਹਿਲਾਂ ਹਾਈ 'ਚ ਚਲਾ ਕੇ ਦੇਖਦੇ ਹਾਂ ਬਾਈ ਕਿਹੜਾ ਇਹਨੂੰ ਚੱਲ ਗਿਆ। ਠੀਕ ਨਹੀਂ ਚੱਲਿਆ ਤਾਂ ਵੀ ਠੀਕ, ਹਾਈ ਤਾਂ ਬਾਹਲਾ ਤੱਕਾ, ਮੀਡੀਅਮ ਦੂਆ ਬਾਈ, ਇੱਧਰ ਨੂੰ ਤਾਂ ਉੱਤਰ ਹੀ ਜਾਂਦਾ, ਤਾਹਾਂ ਚੜ੍ਹਨ ਵੇਲੇ ਰਾਈਡਰ ਨੂੰ ਮੌਤ ਪੈ ਜਾਣੀ ਆ, ਕਿਉਂਕਿ ਬਾਈ ਕਰਾ ਇਹ ਆਪਣਾ ਕਿਆਰਾ ਬਾਈ ਇੱਕ ਪਾਸੇ ਉੱਚਾ ਇੱਕ ਪਾਸੇ ਨੀਮ ਆ, ਇਹਦੇ ਤਾਂ ਪਾਣੀ ਬਾਈ ਦੂਏ ਲੋਟ ਕਰਦੇ ਹਾਂ ਸਪਰੇ ਵਾਂਗ, ਤਾਂ ਬਾਈ ਇਹ 'ਤੇ ਕੋਈ ਫਸਲ ਹੁੰਦੀ ਆ। ਮਿੱਤਰੋ ਟਰੈਕਟਰ ਧੂੰਆਂ ਦਿਖਾ ਤਾਂ ਰਿਹਾ ਨੀਗਾ, ਇੰਜਣ ਬਾਈ ਨਵਾਂ ਹੀ ਆ, ਧੂੰਆਂ ਹੁਣੇ ਕਿੱਥੇ ਦਿਖਾਊਗਾ। ਉਹ ਦੇਖੋ ਬਾਈ ਕਿਵੇਂ ਰਾਟ ਪਾਉਂਦਾ ਫਿਰਦਾ ਨਾਟ ਕਿਆਰਾ। ਅਤੇ ਮਿੱਤਰੋ ਅੱਜ ਦੀ ਵੀਡੀਓ ਆਪਾਂ ਇੱਥੇ ਐਂਡ ਕਰਦੇ ਹਾਂ, ਕਿਉਂਕਿ ਬਾਈ ਹੁਣ ਕਿਆਰੇ ਹੈਗੇ ਨੇ 5-7 ਆਪਣੇ ਕੋਲ, ਟਾਈਮ ਲੱਗ ਜਾਣਾ ਬੰਬਾ। ਅੱਜ ਦੀ ਵੀਡੀਓ ਇੱਥੇ ਐਂਡ ਕਰਦੇ ਹਾਂ, ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਥੈਂਕਸ ਫੋਰ ਵਾਚਿੰਗ।